ਗੇਜ ਹੁਣ ਚੱਲ ਰਹੀ ਹੈ ਜੀ 83-80 ਚੱਲ ਰਹੀ ਹੈ, ਤੇ ਕੱਲ 60 ਸੀਗੀ, 83-60 ਸੀਗੀ, ਕੱਲ 83-60 ਸੀਗੀ, ਅੱਜ 2 ਪੁਆਇੰਟ ਵੱਧ ਚੱਲ ਰਹੀ ਹੈ। ਠੀਕ ਹੈ, ਕਿੰਨਾ ਵਾਟਰ ਡਿਸਚਾਰਜ ਕਿੰਨਾ ਹੈਗਾ ਜੀ? 12,920। ਠੀਕ ਹੈ, ਜਿਹੜਾ ਪਹਿਲਾਂ ਚੱਲਦਾ ਪਿਆ, ਕੁਝ ਦਿਨ ਪਹਿਲਾਂ ਪਾਣੀ ਘੱਟ ਸੀਗਾ ਦਰਿਆ 'ਚ, ਹਾਂਜੀ ਹਾਂਜੀ, ਤੇ ਹੁਣ ਬਿਆਸ ਦਰਿਆ 'ਚ ਪਾਣੀ ਵਧਿਆ ਕਾਰਨ ਬਰਫ਼ ਵਗੈਰਾ ਘੱਲਦੀ ਹੈ, ਉਹਦੇ ਨਾਲ ਥੋੜ੍ਹਾ ਬਹੁਤਾ ਪਾਣੀ ਵੱਧਦਾ ਹੈ। ਹਾਂਜੀ, ਬਰਫ਼ ਪਿਘਲਦੀ ਹੈ, ਉਹਦੇ ਨਾਲ ਥੋੜ੍ਹਾ ਬਹੁਤਾ ਪਾਣੀ ਦਾ ਪੱਧਰ ਵੱਧਦਾ ਹੈ। ਠੀਕ ਹੈ, ਤੇ ਹੁਣ ਜਿਹੜੇ 2 ਦਿਨ ਪਹਿਲਾਂ ਸੀਗੀ ਗੇਜ, ਉਹ ਕਿੰਨੀ ਸੀਗੀ, ਅੱਜ ਕਿੰਨੀ ਹੋ ਗਈ? ਪਹਿਲੇ ਨਾਲੋਂ ਤਾਂ ਇਹ ਹੁਣ ਤੇ ਜ਼ਿਆਦਾ ਹੀ ਹੈ, ਪਹਿਲੇ ਘੱਟ ਹੀ, ਤਾਂ 33 ਦੇ ਲਗਭਗ ਹੁੰਦੀ ਸੀ, 33-33-20-33-30 ਇਤਨੇ ਤੱਕ ਰਹਿੰਦੀ। ਉਹ 'ਚ ਕਿੰਨਾ ਵਾਟਰ ਡਿਸਚਾਰਜ ਹੁੰਦਾ? ਉਹਦਾ ਤਾਂ ਘੱਟ ਹੀ ਹੁੰਦਾ, ਕਿੰਨਾ ਜੀ? ਕੋਈ 10,000 ਦਾ ਬਣਦਾ। ਠੀਕ ਹੈ, ਹੁਣ ਕਿੰਨੇ ਕੁ ਕਿਊਸਿਕ ਵਧਿਆ? 2-2.5 ਹਜ਼ਾਰ। ਹਾਂ, 2-2.5 ਹਜ਼ਾਰ ਵਧਿਆ, 2-2 ਹਜ਼ਾਰ ਕਿਊਸਿਕ। ਅਤੇ ਅੱਗੇ ਜਿਹੜਾ ਇੱਕ ਬੰਨੇ ਜਿੱਦਾਂ ਸਤਲੁਜ 'ਚ ਪਾਣੀ ਛੱਡੇ ਜਾਣ ਦਾ ਹੈਗਾ ਵਾ ਕਿ ਉਹ ਜਿਹੜੇ ਹੋਰਨਾਂ ਸੂਬਿਆਂ ਨੂੰ ਪਾਣੀ ਦੇਣਾ ਸੀਗਾ ਉਹ ਛੱਡਿਆ ਗਿਆ ਹੈਗਾ, ਲੇਕਿਨ ਇੱਧਰ ਬਿਆਸ ਦਰਿਆ ਦੇ ਵਿੱਚ ਵੀ ਹੈਗੀ ਕੋਈ ਸੂਚਨਾ ਤੁਹਾਨੂੰ? ਨਹੀਂ ਨਹੀਂ, ਇਹ ਤਾਂ ਨਹੀਂ ਪਤਾ, ਇਹਦੀ ਕੋਈ ਜਾਣਕਾਰੀ ਨਹੀਂ ਹੈ। ਨਹੀਂ, ਕੋਈ ਹੁਣ ਜਿਹੜਾ ਵਾਧਾ ਦਰਜ ਕੀਤਾ ਜਾ ਰਿਹਾ 2-3 ਦਿਨ ਦਾ, ਅੱਗੇ ਅਸਾਰ ਹੈਗੇ ਆ ਕੋਈ ਹੋਰ ਵਧਣ ਦੇ? ਤੇ ਗਰਮੀ ਨਾਲ ਤਾਂ ਵਧਣਾ ਹੀ ਆ ਥੋੜ੍ਹਾ ਬਹੁਤਾ, ਕਿਉਂਕਿ ਬਾਰਿਸ਼ ਹੋ ਨਹੀਂ ਰਹੀ ਹੈ, ਤੇ ਗਰਮੀ ਦੇ ਪੱਧਰ ਨਾਲ ਥੋੜ੍ਹਾ ਬਹੁਤਾ ਤਾਂ ਫਰਕ ਪੈਣਾ ਹੀ ਪੈਣਾ, ਪਾਣੀ ਬਰਫ਼ ਘੱਲਣੀ ਹੈ ਨਾ ਫਿਰ। ਅੱਗੇ ਹੁਣ ਵਾਧੇ ਦਾ ਕੋਈ ਹੈਗਾ ਨਹੀਂ? ਨਹੀਂ, ਨੋਰਮਲ ਜੇ ਬਾਰਿਸ਼ ਹੋਊਗੀ ਤਾਂ ਫਿਰ ਵੱਧ ਸਕਦਾ ਥੋੜ੍ਹਾ ਬਹੁਤਾ ਬਾਰਿਸ਼ ਹੋਣ ਦੇ। ਹਾਂ, ਗੇਜ ਹੁਣ ਚੱਲ ਰਹੀ ਹੈ ਜੀ 83-80 ਚੱਲ ਰਹੀ ਹੈ, ਤੇ ਕੱਲ 60 ਸੀਗੀ, 33-60 ਸੀਗੀ। ਹਾਂਜੀ, ਕੱਲ 33-60 ਸੀਗੀ, ਅੱਜ 2 ਪੁਆਇੰਟ ਵੱਧ ਚੱਲ ਰਹੀ ਹੈ। ਠੀਕ ਹੈ, ਕਿੰਨਾ ਵਾਟਰ ਡਿਸਚਾਰਜ ਕਿੰਨਾ ਹੈਗਾ ਜੀ? 12,920। ਠੀਕ ਹੈ, ਜਿਹੜਾ ਪਹਿਲਾਂ ਚੱਲਦਾ ਪਿਆ, ਕੁਝ ਦਿਨ ਪਹਿਲਾਂ ਪਾਣੀ ਘੱਟ ਸੀਗਾ ਦਰਿਆ 'ਚ, ਹਾਂਜੀ ਹਾਂਜੀ, ਤੇ ਹੁਣ ਬਿਆਸ ਦਰਿਆ 'ਚ ਪਾਣੀ ਵਧਿਆ ਕਾਰਨ ਬਰਫ਼ ਵਗੈਰਾ ਘੱਲਦੀ ਹੈ, ਉਹਦੇ ਨਾਲ ਥੋੜ੍ਹਾ ਬਹੁਤਾ ਪਾਣੀ ਵੱਧਦਾ ਹੈ। ਹਾਂਜੀ, ਬਰਫ਼ ਪਿਘਲਦੀ ਹੈ, ਉਹਦੇ ਨਾਲ ਥੋੜ੍ਹਾ ਬਹੁਤਾ ਪਾਣੀ ਦਾ ਪੱਧਰ ਵੱਧਦਾ ਹੈ। ਠੀਕ ਹੈ, ਤੇ ਹੁਣ ਜਿਹੜੇ 2 ਦਿਨ ਪਹਿਲਾਂ ਸੀਗੀ ਗੇਜ, ਉਹ ਕਿੰਨੀ ਸੀਗੀ, ਅੱਜ ਕਿੰਨੀ ਹੋ ਗਈ? ਪਹਿਲੇ ਨਾਲੋਂ ਤਾਂ ਇਹ ਹੁਣ ਤੇ ਜ਼ਿਆਦਾ ਹੀ ਹੈ, ਪਹਿਲੇ ਘੱਟ ਹੀ, ਤਾਂ 33 ਦੇ ਲਗਭਗ ਹੁੰਦੀ ਸੀ, 33-33-20-33-30 ਇਤਨੇ ਤੱਕ ਰਹਿੰਦੀ। ਉਹ 'ਚ ਕਿੰਨਾ ਵਾਟਰ ਡਿਸਚਾਰਜ ਹੁੰਦਾ? ਉਹਦਾ ਤਾਂ ਘੱਟ ਹੀ ਹੁੰਦਾ, ਕਿੰਨਾ ਜੀ? ਕੋਈ 10,000 ਦਾ ਬਣਦਾ। ਠੀਕ ਹੈ, ਹੁਣ ਕਿੰਨੇ ਕੁ ਕਿਊਸਿਕ ਵਧਿਆ? 2-2.5 ਹਜ਼ਾਰ। ਹਾਂ, 2-2 ਹਜ਼ਾਰ ਵਧਿਆ, 2-2 ਹਜ਼ਾਰ ਕਿਊਸਿਕ। ਅਤੇ ਅੱਗੇ ਜਿਹੜਾ ਇੱਕ ਬੰਨੇ ਜਿੱਦਾਂ ਸਤਲੁਜ 'ਚ ਪਾਣੀ ਛੱਡੇ ਜਾਣ ਦਾ ਹੈਗਾ ਵਾ ਕਿ ਉਹ ਜਿਹੜੇ ਹੋਰਨਾਂ ਸੂਬਿਆਂ ਨੂੰ ਪਾਣੀ ਦੇਣਾ ਸੀਗਾ ਉਹ ਛੱਡਿਆ ਗਿਆ ਹੈਗਾ, ਲੇਕਿਨ ਇੱਧਰ ਬਿਆਸ ਦਰਿਆ ਦੇ ਵਿੱਚ ਵੀ ਹੈਗੀ ਕੋਈ ਸੂਚਨਾ ਤੁਹਾਨੂੰ? ਨਹੀਂ, ਹਾਂਜੀ, ਇਹ ਤਾਂ ਨਹੀਂ ਪਤਾ, ਇਹਦੀ ਕੋਈ ਜਾਣਕਾਰੀ ਨਹੀਂ ਹੈ। ਨਹੀਂ, ਕੋਈ ਹੁਣ ਜਿਹੜਾ ਵਾਧਾ ਦਰਜ ਕੀਤਾ ਜਾ ਰਿਹਾ 2-3 ਦਿਨ ਦਾ, ਅੱਗੇ ਅਸਾਰ ਹੈਗੇ ਆ ਕੋਈ ਹੋਰ ਵਧਣ ਦੇ? ਤੇ ਗਰਮੀ ਨਾਲ ਤਾਂ ਵਧਣਾ ਹੀ ਆ ਥੋੜ੍ਹਾ ਬਹੁਤਾ, ਕਿਉਂਕਿ ਬਾਰਿਸ਼ ਹੋ ਨਹੀਂ ਰਹੀ ਹੈ, ਤੇ ਗਰਮੀ ਦੇ ਪੱਧਰ ਨਾਲ ਥੋੜ੍ਹਾ ਬਹੁਤਾ ਤਾਂ ਫਰਕ ਪੈਣਾ ਹੀ ਪੈਣਾ, ਪਾਣੀ ਬਰਫ਼ ਘੱਲਣੀ ਹੈ ਨਾ ਫਿਰ। ਅੱਗੇ ਹੁਣ ਵਾਧੇ ਦਾ ਕੋਈ ਹੈਗਾ ਨਹੀਂ? ਨਹੀਂ, ਨੋਰਮਲ ਜੇ ਬਾਰਿਸ਼ ਹੋਊਗੀ ਤਾਂ ਫਿਰ ਵੱਧ ਸਕਦਾ ਥੋੜ੍ਹਾ ਬਹੁਤਾ ਬਾਰਿਸ਼ ਹੋਣ ਦੇ। ਹਾਂ,